हेलो गाइस हो आर यू आई होप यू आर फाइन गॉड गिव यू लाट ऑफ हैप्पीनेस लेट्स स्टार्ट आवर विलाग अच्छी बाजिया लाया तुम बाजी का डेरा बहाने टाही तरह से वेखो माशालाते ਡਿਫਰੈਂਟ ਕਲਰ ਦੇ ਜਿਹੜਾ ਨਾ ਲੀਫ ਲੱਗੇ ਆ ਨੇ ਇੱਕ রেড ਕਲਰ ਦਾ ਲੀਫ ਲੱਗਿਆ ਹੈ ਮਾਰੂਨ ਕਲਰ ਦਾ ਇੱਕ ਲੀਫ ਲੱਗਿਆ ਹੈ ਇੱਕ ਗ੍ਰੀਨ ਕਲਰ ਦਾ ਲੱਗੇ ਹੈ ਵੇਖੋ ਮਾਸ਼ਾਅੱਲਾ ਕਿੰਦੀ ਬਿਊਟੀਫੁੱਲ ਲੱਗਦੀ ਹੈ ਪਈ ਅਜੇ ਬਿਲਕੁਲ ਛੋਟੀ ਸਹੀ ਹੈ ਫਿਰ ਬਹੁਤ ਵੱਡੀ ਹੋ ਜਾਏਗੀ ਉਹ ਕਟਾਲੀਆਂ ਬਹੁਤ ਵੱਡੀਆਂ ਹੁੰਦੀਆਂ ਨੇ ਹੋਣਾ ਸੀ ਤੁਹਾਨੂੰ ਉਹਨਾਂ ਦੀਆਂ ਬਹਿਫੈਲ ਵਹਾਨੇ ਆ ਵਿਲੇਜ ਵਿੱਚ तकरीबन 100 ਘਾੜੀ ਬੈਫਲੋ ਰੱਖੀਆਂ ਆਂਦੀਆਂ ਨੇ ਇੰਤਵੇਂ ਅੱਗੇ ਚਾਰਾ-ਚਾਰਾ ਪਾਇਆ ਕਿ ਨਹੀਂ ਪਾਇਆ ਕਿਉਂਕਿ ਅੱਜ ਬਾਰਿਸ਼ ਹੋਈ ਏ ਤੇ ਬਾਰਿਸ਼ ਹੋਈ ਹੋਏ ਫਿਰ ਬੰਦੇ ਜਿਹੜੇ ਨਾ ਇੱਥੇ ਕਟਮ ਚ ਜਗਾਉਂਦੇ ਨੇ ਕਿਉਂਕਿ ਸਾਰ ਜਗ੍ਹਾ ਤਾਂ ਅੱਗੇ ਗਿੱਲੀ ਹੁੰਦੀ ਏ ਤੇ ਫਿਰ ਉਹਨਾਂ ਨੇ ਸਿੰਪਲੀ ਕੋਲ ਕੇ ਪਾਣੀ ਪਿਆ ਕੇ ਤੇ ਨਾਲ ਖੁਰਲੀਆਂ ਤੇ ਬੰਦ ਦਿੱਤਾ ਜਾਂਦਾ ਇਹਨਾਂ ਵੇਖੋਗੇ ਹੁਣ ਚਾਰਾ ਇਹਨਾਂ ਦੇਗੇ ਪਾਏ ਐ ਯਾਨੀ ਕਿ ਸਾਰਾ ਕਿਊਟ ਜਿਹਾ ਬੇਬੀ ਐ ਦੇਖੋ ਮਾਸ਼ਾਅੱਲਾ ਕਿਤੇ ਬਿਊਟੀਫੁਲ ਬਫੈਲੋ ਐ ਸੋ ਇਹ ਵੀਡੀਓ ਬਣਵਾ ਦਈਏ ਭਾਈ ਇਹ ਬਾਜੀ ਦਾ ਡੋਗੀ ਬੈਠਿਆ ਹੈ। ਉਹ ਵਰਕਰ ਜਿਹੜਾ ਚਾਰਾ ਲੈ ਕੇ ਆ ਗਿਆ। ਵਿਲੇਜ ਵਿੱਚ ਜਿੰਨਾ ਬਹਿਫਲੋ ਜ਼ਿਆਦਾ ਰੱਖੇ ਜਾਂਦੇ ਹਨ ਤਾਂ ਫਿਰ ਉਹਨਾਂ ਵਰਕਰ ਜ਼ਰੂਰ ਰੱਖੇ ਜਾਂਦਾ ਹੈ। ਕਿਉਂਕਿ ਇੰਨੀਆਂ ਜ਼ਿਆਦਾ ਨਾਪੇ ਤੇ ਪੱਠੇ ਪਾਣੇ ਹੁੰਦੇ। ਉਹਨਾਂ ਵੇਖੋ ਆ ਗਏ ਨੇ ਪੱਠੇ ਲੈ ਕੇ। ਡੰਕੀ ਕਾਟੂ ਤੇ ਜਿਹੜਾ ਨਾ ਚਾਦਰਾਂ ਵਿੱਚ ਪੱਠੇ ਪਾ ਕੇ ਨਾ ਬੰਨ ਕੇ ਉੱਤੇ ਰੱਖੇ ਹੁੰਦੇ ਨੇ ਜੇ ਦੂਰ ਹੋਵੇ ਤੇ ਮੱਜਾਂ ਤੇ ਹੁਣ ਸੀ ਤੁਹਾਨੂੰ ਉੱਤੇ ਬੈ ਕੇ ਵਹਾਨੇ ਆ ਇਫ ਯੂ ਲਾਈਕ ਮਾਈ ਵੀਡੀਓ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਅੱਲਾ ਹਾਫਿਜ਼ ਵੀ ਮੀਟ ਅਗੇਨ ਇਨ आवर ਨੈਕਸਟ ਵਲੌਗ ਓਕੇ